ਪ੍ਰੀ ਪੂਰਬੀ ਰਵਿਦਾਸ ਜੀਓ ਇੱਕ ਓਨਕਾਰ ਸਤਗੁਰ ਪ੍ਰਸਾਦ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਬਦੇਸ ਨਭੂਜ ਐਸੇ ਮੇਰਾ ਮਨ ਵਿਖਿਆ ਬਿਮੋਹਿਆ कछ आरा पार न सूच सगल भमन के नायका एक छिन दर्श दिखाये जी रहाओ मनन भई मत माधवा तेरी गत लखी न जाए करो कृपा भ्रम चू ਮੈਂ ਸਮਤ ਦੇ ਹੋ ਸਮਝਾਈ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਰਨ ਕੋ ਰਵਿਦਾਸ ਚਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀਓ ਭਗਤ ਰਵਦਾਸ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਸ਼ਬਦਾਂ ਦੀ ਵਿਚਾਰ ਕਰਦਿਆਂ ਕਰਦਿਆਂ ਇਹ ਸ਼ਬਦ ਜਿਸ ਦਾ ਆਪ ਜੀ ਨੇ 파ਕ ਸਰਮਨ ਕੀਤਾ ਹੈ ਗੌੜੀ ਪੂਰਬੀ ਗੌੜੀ ਰਾਗ ਦੀ ਕਈ ਕਿਸਮਾਂ ਵਿੱਚੋਂ ਇੱਕ ਕਿਸਮ ਪੂਰਬੀ ਪਉ ਪੂਰਬੀ ਕਿਸਮ ਦੀ ਗੌੜੀ ਵਿੱਚ ਰਵਦਾਸ ਜੀ ਦਾ ਇਹ ਸ਼ਬਦ ਉਚਾਰਨ ਕੀਤਾ ਇਕ ਓੰਕਾਰ ਸਤਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਸਰਵ ਸ਼ਕਤੀਮਾਨ ਹੈ ਪੈਦਾ ਵੀ ਕਰਦਾ ਹੈ ਪਾਲਦਾ ਵੀ ਹੈ ਤੇ ਮਾਰਦਾ ਔਰ ਉਹ ਇੱਕ ਸਰਵ ਵਿਆਪਕ ਹੈ ਸਤਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਇੱਥੋਂ ਗੱਲ ਆਰੰਭ ਕਰਦੇ ਨੇ ਸਗਰ ਭਵਨ ਕੇ ਨਾਇਕਾ ਇਹ ਸਾਰੇ ਭਵਨਾਂ ਦੇ ਮਾਲਕ ਪ੍ਰੇਰਕ ਹੁਕਮਰਾਨ ਨਾਇਕ ਸ਼ਬਦ ਲਈ ਜੋ ਵਿਦਵਾਨਾਂ ਨੇ ਅਰਥ ਕੀਤੇ ਹਨ ਮਾਲਕ ਵੀ ਕੀਤੇ ਹਨ ਆਗੂ ਵੀ ਕੀਤੇ ਹਨ ਮੁਖੀ ਵੀ ਕੀਤੇ ਹਨ ਕਈ ਇਲਾਕਿਆਂ ਵਿੱਚ ਪਿੰਡ ਦੇ ਮੁਖੀ ਨੂੰ ਨਾਇਕ ਕਹਿੰਦੇ ਹਨ ਸਾਡੇ ਜਿਵੇਂ ਪਿੰਡ ਵਿੱਚ ਸਰਪੰਚ ਹੁੰਦਾ ਹੈ ਕਹਿਣ ਦਾ ਮਤਲਬ ਜੋ ਸਾਰੇ ਸੰਸਾਰ ਦਾ ਨਾਇਕ ਹੈ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਜੋ ਹੈ ਉਸ ਨੂੰ ਨਾਇਕ ਤੇ ਉਹ ਹੈ ਪਰਮਾਤਮਾ ਸਗਲ ਭਵਨ ਕੇ ਨਾਇਕਾ ਇੱਕ ਛੇਨ ਦਰਸ ਦਿਖਾਏਗੀ راہ ਮੇਰੇ ਤੇ ਕਿਰਪਾ ਕਰੋ ਮੈਨੂੰ ਇੱਕ ਛਿਨ ਥੋੜੇ ਤੋਂ ਥੋੜੇ ਸਮੇਂ ਲਈ ਵੀ ਆਪਣੇ ਦਰਸ਼ਨ ਕਰਵਾ ਦੇਣੇ ਕਰੋ ਹੁਣ ਮੇਰੀ ਹਾਲਤ ਕੀ ਹੈ ਕੂਪ ਭਰਿਓ ਜੈ ਤੇ ਦਾਦੇਰਾ ਕੂਪ ਕਹਿੰਦੇ ਹਨ ਖੂਨ ਭਰਿਓ ਦਾ ਮਤਲਬ ਹੈ ਖੂਦ ਦੇ ਵਿੱਚ ਡਿੱਗਿਆ ਹੋਇਆ ਡੱਡੂ ਯਾ ਕਈ ਡੱਡੂ ਕੂਪ ਭਰਿਓ ਜੈਸੇ ਦਾਦਰਾ ਦਾਦਰਾ ਕਹਿੰਦੇ ਨੇ ਡੱਡੂ ਨੂੰ ਜਿਵੇਂ ਖੂ ਡੱਡੂਆਂ ਨਾਲ ਭਰਿਆ ਹੋਏ ਕਹਿਣ ਦਾ ਮਤਲਬ ਡੱਡੂ ਖੂ ਦੇ ਵਿੱਚ ਹੈ ਤੇ ਖੂ ਦਾ ਜਿਹੜਾ ਆਲਾ ਦੁਆਲਾ ਉਹ ਕਿਤਨਾ ਕੁ ਹੁੰਦਾ ਉਹਦਾ ਵਰਗ ਫਲ ਉਹਦੀ ਚੁੜਾਈ ਗੁਲਾਈ ਲੰਬਾਈ ਕਿਤਨੀ ਕੁ ਹੁੰਦੀ ਕਿੰਦੇ ਜਿਸ ਤਰ੍ਹਾਂ ਇੱਕ ਖੂਦ ਦੇ ਅੰਦਰ ਡਿੱਗਾ ਹੋਇਆ ਡੱਡੂ ਉਸ ਧਾਇਰੇ ਵਿੱਚ ਹੀ ਰਹਿੰਦਾ ਕਛ ਦੇਸ ਬਦੇਸ ਨਾ ਬੂਝੇ ਉਹਨੂੰ ਦੇਸ਼ਾਂ ਬਦੇਸ਼ਾਂ ਦੀ ਕੋਈ ਸਮਝ ਨਹੀਂ ਹੁਣ ਇਸ ਗੱਲ ਨੂੰ ਸਮਝਾਉਣ ਵਾਸਤੇ ਮਹਾਂਪੁਰਖਾਂ ਨੇ ਉਥਾਨ ਕਾ ਲਿਖਿਆ ਨੇ ਇਹਦੇ ਉੱਤੇ ਸਾਖੀਆਂ ਲਿਖੀਆਂ ਨੇ ਕਿੰਨੇ ਜਿਸ ਤਰ੍ਹਾਂ ਕੋਈ ਮਹਾਪੁਰਖ ਦੋ ਤਰ੍ਹਾਂ ਦੀਆਂ ਮਿਸਾਲਾਂ ਹਨ ਕਿਉਂਕਿ ਡੱਡੂ ਦਾ ਜ਼ਿਕਰ ਆਇਆ ਪਾਵੇਂ ਇੱਥੇ ਡੱਡੂ ਦਾ ਮਤਲਬ ਜੀਵ ਰੂਪੀ ਡੱਡੂ ਹੈ ਅਤੇ ਖੂ ਦਾ ਮਤਲਬ ਇਹ ਸੰਸਾਰ ਰੂਪੀ ਖੂ ਹੈ ਜਿਸ ਤਰ੍ਹਾਂ ਇੱਕ ਦੁਨਿਆਵੀ ਬੰਦਾ ਜਿਹੜਾ ਸੰਸਾਰ ਵਿੱਚ ਫਸਿਆ ਹੋਇਆ ਗ੍ਰਸਤੀ ਉਨੂੰ ਕੋਈ ਪ੍ਰੇਰਨਾ ਕਰੇ ਬਈ ਤੂੰ ਕਿੱਥੇ ਸਵੇਰ ਤੋਂ ਸ਼ਾਮ ਤੀ ਕਰ ਇਹ ਤੰਦਿਆਂ ਵਿੱਚ ਹੀ ਫਸਿਆ ਰਹਿਣਾ ਤੈਨੂੰ ਪਰਮਾਤਮਾ ਦੇ ਸਿਮਰਨ ਦੀ ਗੱਲ ਸਮਝਾਈ ਉਹਦੇ ਵਿੱਚ ਬੜਾ ਸੁੱਖ ਹੈ ਤੁਮ ਮਿਸਾਲ ਦਿੱਤੀ ਹੈ ਡੱਡੂ ਦੀ ਜਿਵੇਂ ਡੱਡੂ ਇੱਕ ਛਾਲ ਮਾਰ ਕੇ ਕਹਿੰਦਾ ਐਨਾ ਕੁ ਸੁੱਖ ਹੈ ਇਹ ਆਮ ਮੁਹਾਵਰਾ ਵੀ ਹੈ ਮੇ ਤੁਤੇ ਭਲਾਣਿਆਂ ਖੂਬ ਦਾ ਡੱਡੂ ਹੈ ਜਿਹੜਾ ਇੱਕ ਸੀਮਤ ਦਾਇਰੇ ਤੱਕ ਸੋਚੇ ਉਹਨੂੰ ਖੂਬ ਦਾ ਡੱਡੂ ਕਹਿੰਦੇ ਨੇ ਇੰਨ ਬਿਨ ਇਸੇ ਤਰ੍ਹਾਂ ਜਿਹੜਾ ਇੱਕ ਗ੍ਰਸਤੀ ਜੀਵ ਮੇਰੇ ਤੁਹਾਡੇ ਵਰਗਾ ਇਸ ਸੰਸਾਰ ਦੇ ਕੰਮਾਂ ਧੰਦਿਆਂ ਵਿੱਚ ਫਸਿਆ ਹੋਇਆ ਉਹਦੀ ਹਾਲਤ ਦੇਖ ਲਓ ਕੀ ਹੁੰਦੀ ਸਵੇਰੇ ਉੱਠਦਿਆਂ ਅੰਸਾਰ ਉੱਤਰ ਪੈਂਦਾ ਔਰ ਸਾਰਾ ਦਿਨ ਕੰਮ ਧੰਦਾ ਕਰਕੇ ਥੱਕ ਟੁੱਟ ਕੇ ਮੰਜੇ ਤੇ ਡਿੱਗਵੇਂ ਉਹਨੂੰ ਕੋਈ ਪਤਾ ਨਹੀਂ ਸੰਸਾਰ ਕਿੱਥੇ ਉਹਨੂੰ ਤੇ ਮੰਜੇ ਤੇ ਡਿੱਗਦਿਆਂ ਸਾਰ ਐਸੀ ਨੀਂਦ ਆਉਂਦੀ ਹੈ ਕੋਈ ਆਪਣੇਰਤ ਕਰਦਾ ਆਪਣਾ ਸਤ ਮੁੱਚ ਇਸੇ ਤਰ੍ਹਾਂ ਅਸੀਂ ਜੀਵ ਰੂਪੀ ਢੱਡੂ ਇਸ ਸੰਸਾਰ ਰੂਪੀ ਖੂਬ ਵਿੱਚ ਡਿੱਗੇ ਹੋਏ ਸ਼ਾਨੋਂ ਕੋਈ ਆਲੇ ਦੁਆਲੇ ਦਾ ਪਤਾ ਹੀ ਕੋਈ ਨਹੀਂ ਸਿਆਣਿਆਂ ਨੇ ਐਸੇ ਤਤ ਕੱਢ ਕੇ ਦੱਸਿਆ ਕਿ ਸੁਤਾ ਤੇ ਮਰਿਆ ਬਰਾਬਰ ਹੁੰਦੇ ਨੇ ਪਤਾ ਹੀ ਕੋਈ ਨਹੀਂ ਭਗਤ ਜੀ ਕਹਿੰਦੇ ਨੇ ਸੱਚਮੁੱਚ ਮੇਰੇ ਮਨ ਦੀ ਹਾਲਤ ਵੀ ਐਸੀ ਹੈ ਪ੍ਰਭ ਕੂਪ ਭਰਿਓ ਜੈਤੇ ਦਾਦਰਾ ਕਛ ਦੇਤ ਬਦੇਸ ਨਬੂਜ ਹੁਣ ਉਸ ਖੂਬ ਵਿੱਚ ਰਹਿਣ ਵਾਲੇ ਡੱਡੂ ਨੂੰ ਕੋਈ ਪ੍ਰੇਰਣਾ ਕਰੇ ਚਲ ਤੈਨੂੰ ਮਾਨਸ ਸਰੋਵਰ ਦਿਖਾਈਏ ਉਹ ਖੂਬੀਤੀ ਝਾਲ ਮਾਰ ਕੇ ਕਹਿੰਦਾ ਇੰਨਾ ਕ ਵੱਡਾ ਉਹ ਕਹਿੰਦਾ ਨਹੀਂ ਉਹ ਬਹੁਤ ਵੱਡਾ ਉਹਨੇ ਕੋ ਹੋਰ ਝਾਲ ਮਾਰੀ ਐਡਾ ਵੱਡਾ ਕਹਿੰਦਾ ਨਹੀਂ ਉਹ ਬਹੁਤ ਵੱਡਾ ਜਦੋਂ ਉਹਨੇ ਤੀਜੀ ਵਾਰੀ ਝਾਲ ਮਾਰੀ ਕਹਿੰਦਾ ਐਡਾ ਵੱਡਾ ਕਹਿੰਦਾ ਨਹੀਂ ਬਹੁਤ ਵੱਡਾ ਆਨਰ ਤੁਸੀਂ ਝੂਠ ਬੋਲਦੇ ਐਦੋਂ ਵੱਡਾ ਤੇ ਕੋਈ ਹੈ ਹੀ ਨਹੀਂ ਸਤ ਮੁਝੇ ਇਸੇ ਤਰ੍ਹਾਂ ਜਿਹੜਾ ਇੱਕ ਗ੍ਰਸਤੀ ਜੀਵ ਹੈ ਜਿਸਨੇ ਆਪਣੇ ird gird ਤੋਂ ਬਿਨਾ ਹੋਰ ਕਿਸੇ ਪਾਸੇ ਦੇਖਿਆ ਨਹੀਂ ਉਹਨੂੰ ਤੁਸੀਂ ਕਿੰਨੀਆਂ ਮਸਾਲਾਂ ਦੇਓ ਕਿੰਨਾ ਸਮਝਾਓ ਉਹ ਕਹਿੰਦਾ ਇਸ ਤੋਂ ਵੱਡਾ ਨਹੀਂ ਹੋ ਸਕਦਾ ਇਸੇ ਤਰ੍ਹਾਂ ਸੰਸਾਰੀ ਜੀਵ ਜਿਹੜਾ ਉਹ ਜਨਮ ਤੋਂ ਲੈ ਕੇ ਮਰਨ ਤੀਕਰ ਇਹੀ ਸਮਝਾਇਆ ਕਿ ਸੰਸਾਰ ਹੀ ਸਭ ਕੁਝ ਹੈ ਇਸ ਤੋਂ ਵੱਡਾ ਇਸ ਤੋਂ ਪਰੇ ਕੋਈ ਨਹੀਂ ਤੋਂ ਭਗਤ ਜੀ ਕਹਿੰਦੇ ਨੇ ਮੇਰੀ ਵੀ ਹਾਲਤ ਬਿਲਕੁਲ ਇਹੋ ਜੀ ਹੈ ਪ੍ਰਭੂ ਕੂਪ ਭਰਿਓ ਜੈਸੇ ਦਾਦੁਰਾ ਕਛ ਦੇਸ ਬਦੇਸ ਨ ਬੂਝ ਉਹਨੂੰ ਕੋਈ ਸਮਝ ਨਹੀਂ ਹੈ ਕਿਉਂਕਿ ਉਸ ਅਰਧ ਗੁਰਧ ਵਿੱਚ ਹੀ ਰਹਿੰਦਾ ਹੈ ਜਿਵੇਂ ਕੋਲੂ ਦਾ ਬੈਲ ਸਵੇਰੇ ਉਸ ਨੂੰ ਤੇਲੀ ਚੰਗੇ ਪੱਠੇ ਖਵਾ ਕੇ ਕੋਲੂ ਅੱਗੇ ਜੂ ਦਿੰਦਾ ਅੱਖਾਂ ਦੇ ਖੋਪੇ ਚੜਾ ਦਿੰਦਾ ਹੁਣ ਉਹ ਸਵੇਰ ਤੋਂ ਸ਼ਾਮ ਤੀਕਰ ਤੁਰਿਆ ਹੋਇਆ ਜਿਉ ਮਾੜਾ ਜੱਕ ਦੇ ਰੁਕਣ ਲੱਗੇ ਤੇ ਤੇਲੀ ਦੂਰੋਂ ਬੈਠਾ ਉਹਨੂੰ ਮੂੰਹ ਦੀ ਆਵਾਜ਼ ਨਾਲ ਹੀ ਚਲਾ ਦਿੰਦਾ ਜਾਂ 2-4 ਡੰਡੇ ਠੋਕ ਦਿੰਦਾ ਉਹ ਫਿਰ ਤੁਰ ਪੈਂਦਾ ਹੁਣ ਤੁਰਿਆ ਤੇ ਉਹ ਸਵੇਰ ਤੋਂ ਸ਼ਾਮ ਤੀਕਰ ਹੈ ਪਰ ਜਦੋਂ ਉਹਦੀਆਂ ਅੱਖਾਂ ਤੋਂ ਖੋਪੇ ਲੈਂਦੇ ਨੇ ਉਹਨੂੰ ਫਿਰ ਬਤਾ ਲੱਗਦਾ ਕਿ ਮੈਂ ਤੇ ਉੱਥੇ ਦਾ ਉੱਥੇ ਖੜਾ ਹਾਂ ਉਸੇ ਗਹਿਲ ਵਿੱਚ ਹੀ ਤੁਰਿਆ ਜਾ ਰਿਹਾ ਸੱਚ ਮੁੱਚ ਸਾਡੀ ਸੰਸਾਰੀ ਲੋਕਾਂ ਦੀ ਹਾਲਤ ਵੀ ਇਹੋ ਹੀ ਹੈ ਭਾਵੇਂ ਅਸੀਂ ਕਹੀ ਜਾਂਦੇ ਹਾਂ ਅਸੀਂ ਬੜੇ ਕੰਮ ਕੀਤੇ ਨੇ ਅਸੀਂ ਆਹ ਕੀਤਾ ਹੈ ਮਸੀਹ ਹੋਗੀ ਪਰ ਇਹ ਸਭ ਅਗਿਆਨਤਾ ਜਦੋਂ ਗਿਆਨ ਦੀ ਜਾਗ ਆਵੇ ਜੀ ਫਿਰ ਸਮਝ ਆਵੇ ਤਾਂ ਇਹ ਗੱਲ ਆਪਾਂ ਚੰਗੀ ਤਰ੍ਹਾਂ ਆਪਣੇ ਹਿਰਦੇ ਵਿੱਚ ਸਮਝੀਏ ਵਿਚਾਰੀ ਜਦੋਂ ਤੀਕਰ ਗਿਆਨ ਦਾ ਦੀਵਾ ਨਹੀਂ ਜਗਦਾ ਉਦੋਂ ਤੀਕਰ ਅਗਿਆਨਤਾ ਵੀ ਹੈ ਔਰ ਅਸੀਂ ਨਾ ਸੰਸਾਰੀ ਚੀਜ਼ਾਂ ਦੇ ਸੁੱਖਾਂ ਵਿੱਚ ਹੀ ਲਪਾਇ ਮਾਨੋ ਕੇ ਸਮਝਣਿਆ ਕੇ ਇਸ ਤੋਂ ਪਰੇ ਕੋਈ ਸੁਖ ਨਹੀਂ ਸਾਖੀਆਂ ਤੇ ਬੜੀਆਂ ਮਹਾਂਪੁਰਖਾਂ ਨੇ ਸੁਣਾਈ ਕਿਸੇ ਨੇ ਆਖਿਆ ਭਾਈ ਤੂੰ ਕਿੱਥੇ ਲੱਗਾ ਆ ਤੈਨੂੰ ਪਰਮਾਤਮਾ ਦੇ ਸਿਮਰਨ ਦਾ ਸੁਖ ਵਿਖਾਈ ਉਹਨੇ ਆਖਿਆ ਜੀ ਕਿੰਨਾ ਸੁਖ ਹੈ ਕੀ ਕਿਸੇ ਬੰਦੇ ਦੀ ਕੁੜਮਾਈ ਨਾ ਹੁੰਦੀ ਹੋਵੇ ਉਹਦੀ ਕੁੜਮਾਈ ਹੋ ਜਾਏ ਇਹਨਾਂ ਦਾ ਸੁਖ ਹੈ ਕਹਨ ਲੱਗੇ ਨਹੀਂ ਭਾਈ ਉਹ ਇਸ ਤੋਂ ਵੀ ਜ਼ਿਆਦਾ ਸੁੱਖ। ਫਿਰ ਉਹਨੇ ਕਿਹਾ ਜੀ ਜੇ ਉਹਦਾ ਵਿਆਹ ਹੋ ਜਾਏ ਤੇ ਫਿਰ ਇਹਨਾਂ ਸੁੱਖ ਹੈ। ਹੁਣ ਉਹਦੇ ਮਿਲਣ ਦਾ ਤੋਲਣ ਦਾ ਜਿਹੜਾ ਤਰੀਕਾ ਹੈ ਉਹ ਸੰਸਾਰੀ ਸੁੱਖਾਂ ਦਾ। ਉਹਨੇ ਚਾਰ ਸੁੱਖ ਦੱਸ ਦਿੱਤੇ। ਕੁੜਮਾਈ ਹੋ ਜਾਏ, ਵਿਆਹ ਹੋ ਜਾਏ, ਸੰਤਾਨ ਹੋ ਜਾਏ, ਧਨ-ਮਾਲ ਹੋ ਜਾਏ। ਮਹਾਪੁਰਸ਼ ਕਹਨ ਲੱਗੇ ਨਹੀਂ। ਉਹ ਸੁੱਖ ਤੇ ਬਹੁਤ ਵੱਡਾ ਉਹਦੇ ਬਰਾਬਰ ਦਾ ਕੋਈ ਸੁਖ ਹੈ ਹੀ ਨਹੀਂ ਇਸੇ ਦੀ ਬਾਣੀ ਚ ਲਿਖਿਆ ਸੁਖ ਨਾਹੀ ਰੇ ਹਰ ਭਗਤ ਬਿਨੋ ਜੀਤ ਜਨਮ ਇਹ ਰਤਨ ਹੀ ਮੋਲਕ ਸਾਧ ਸੰਗਤ ਜਪ ਇਕ ਮਨ ਇਕ ਖਿਨਾ ਥੋੜੇ ਸਮੇ ਲਈ ਵੀ ਤੂੰ ਪ੍ਰਮਾਤਮਾ ਦਾ ਨਾਮ ਜਪ ਕੇ ਦੇ ਜਿਨ੍ਹਾਂ ਸੁਖ ਪ੍ਰਮਾਤਮਾ ਦੇ ਸਿਮਰਨ ਵਿੱਚ ਹੈ ਇਹ ਸੰਸਾਰੀ ਸੁਖ ਉਹਦੇ ਬਰਾਬਰ ਕੱਖ ਨਹੀਂ ਤੋ ਭਗਤ ਰਵਿਦਾਸ ਜੀ ਕਹਨ ਹੈ ਪ੍ਰਭੂ ਮੇਰੀ ਹਾਲਤ ਇਹ ਹੈ ਕੂਪ ਭਰੇਓ ਜੈਸੇ ਦਾਦੂਰਾ ਕਛ ਦੇਸ ਬਦੇਸ ਨਾ ਬੂਝ ਉਸ ਖੂਦ ਦੇ ਡੱਡੂ ਨੂੰ ਬਾਹਰ ਦਾ ਕੋਈ ਪਤਾ ਹੀ ਨਹੀਂ ਕਿਤਨਾ ਹੈ ਸੰਸਾਰ ਕਿਤਨਾ ਹੈ ਵਿਸਥਾਰ ਨੂੰ ਕੋ ਪਤਾ ਨਹੀਂ ਉਹ ਤੇ ਖੂ ਦੇ ਅੰਦਰ ਹੀ ਝਾੜਾ ਮਾਰਦਾ ਐਸੇ ਮੇਰਾ ਮਨ ਵਿਖਿਆ ਬਿਮੋਹਾ ਕਛ ਆਰਾ ਪਰ ਨਸੂਜ ਹੈ ਵਾਹਿਗੁਰੂ ਐਸੇ ਇਵੇਂ ਹੀ ਮੇਰਾ ਮਨ ਜਿੜ ਹੈ ਉਹ ਵਿਖਿਆ ਬਿਮੋਹਾ ਇਸ ਸੰਸਾਰ ਦੀ ਮਾਇਆ ਇਸ ਸੰਸਾਰ ਦੇ ਝੰਮੇਲਿਆਂ ਵਿੱਚ ਇਨਾ ਮੋਇਆ ਹੋਇਆ ਇਨਾ ਫਸਿਆ ਹੋਇਆ ਇਨਾ ਗਲਤਾਨ ਹੋਇਆ ਕਛ ਆਰਾ ਪਾਰ ਨ ਸੂਝ ਇਹਨੂੰ ਉਰਲੇ ਤੇ ਪਰਲੇ ਪਾਸੇ ਦੀ ਕੋਈ ਸਮਝ ਹੀ ਨਹੀਂ ਨਾ ਇਸ ਲੋਕ ਦਾ ਪਤਾ ਹੈ ਨਾ ਪਰਲੋਕ ਦਾ ਦੇਖੋ ਨਾ ਜਿਸ ਤਰ੍ਹਾਂ ਕੋਈ ਬੰਦਾ ਗੱਡੀ ਨਾ ਚੜਿਆ ਹੋਵੇ ਕੋਈ ਬੰਦਾ ਹਵਾਈ ਜਹਾਜ਼ ਤੇ ਨਾ ਚੜਿਆ ਹੋਵੇ ਉਹਨੂੰ ਤੁਸੀਂ ਕਹੋ ਜੀ ਆਹਾਹਾ ਬੜਾ ਆਨੰਦ ਸੀ ਉਹ ਫਿਰ ਆਪਣੇ ਉਹਨਾਂ ਆਨੰਦਾਂ ਨਾਲ ਤੋਲ ਕੇ ਮਿਣ ਕੇ ਦੱਸੇਗਾ ਐਨਾ ਕਾ ਆਨੰਦ ਐਨਾ ਕਾ ਆਨੰਦ ਮਹਾਰਾਜ ਕਨੇ ਨਹੀਂ ਉਸ ਆਨੰਦ ਬਹੁਤ ਜਾਨ ਤੋ ਭਗਤ ਰਵਿਦਾਸ ਜੀ ਇਹ ਗੱਲ ਮੰਨਦੇ ਹਨ ਔਰ ਜੇ ਅਸੀਂ ਸਹਿਮਤ ਹੋਈਏ ਤੇ ਸਾਡੀ ਹਾਲਤ ਵੀ ਬਿਲਕੁਲ ਇਹੋ ਹੀ ਹੈ ਕੂਪ ਭਰੇ ਹੋ ਜੈ ਤੇ ਦਾਦੇ ਰਾਂ ਕਛ ਦੇਸ ਬਦੇ ਤਨ ਬੂਜ ਐਸੀ ਮੇਰਾ ਮਨ ਬਿਖਿਆ ਬਮੋਹਿਆ ਕਛ ਆਰਾ ਪਾਰ ਨੂ ਸੁਝ ਹੈ ਬਾਈ ਗੁਰੂ ਮੇਰੀ ਹਾਲਤ ਵੀ ਐਸੀ ਇਹ ਠੀਕ ਹੈ ਕਿ ਅਸੀਂ ਬਾਣੀ ਨੂੰ ਉਪਰੋਂ ਪਰੋਂ ਪੜ ਜਾਣੇ ਜਾਂ ਪੜਾ ਲੈਣੇ ਜਾਂ ਇਹ ਕਹਿ ਦਿੰਨੇ ਅਸੀਂ ਖੰਡ ਪਾੜ ਰਖਾਇਆ ਸੀ ਪਉ ਪਵਾ ਦਿੱਤਾ ਪਰ ਜਦੋਂ ਦੀ ਕੁਰਬਾਨੀ ਦੀ ਈਓ ਵਿਚਾਰ ਨਹੀਂ ਕਰਦੇ ਸਾਡੀ ਹਾਲਤ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਤੇ ਜਦੋਂ ਇਹ ਬਾਗਾਂ ਵਾਲੇ ਕਿਸੇ ਜੀਵ ਨੂੰ ਸਮਝ ਆ ਜਾਏ ਫਿਰ ਉਹ ਅਰਦਾਸ ਕਰਦਾ ਜਿਵੇਂ ਭਗਤ ਜੀ ਕਰ ਰਹੇ ਸਗਲ ਭਮਨ ਕੇ ਨਾਇਕਾਂ ਇੱਕ ਛਿਨ ਦਰਸ ਦਿਖਾਏ ਜੀ ਹੈ ਵਾਹਿਗੁਰੂ ਤੂੰ ਸਾਰੇ ਭਵਨਾਂ ਦਾ ਮਾਲਕ ਸਾਰੇ ਸੰਸਾਰ ਤੇ ਤੇਰਾ ਹੁਕਮ ਚੱਲਦਾ ਮੇਰੇ ਤੇ ਕਿਰਪਾ ਕਰੋ ਇੱਕ ਛਿਨ ਦਰਸ ਦਿਖਾਏ ਹੁਣ ਛਿਨ ਕਿਤਨਾ ਹੁੰਦਾ ਜਿਤਨੀ ਢੇਰ ਵਿੱਚ ਅੱਖ ਫਰਕ ਨਹੀਂ ਇਨੇ ਸਮੇ ਨੂੰ ਛਿਨ ਕੇ ਆ ਜਾਂਦਾ ਭਾਵੇਂ ਮੈਨੂੰ ਥੋੜੇ ਤੋਂ ਥੋੜੇ ਸਮੇ ਲਈ ਵੀ ਦਰਸ਼ਨ ਦਿਖਾਉਣੇ ਕਰੋ ਹਨਾ ਹੋ ਮਰਨ ਭਈ ਮਤ ਮਾਦਵਾ ਮਾਦਵਾ ਸ਼ਬਦ ਜਿਨੈ ਵੀ ਪਰਮਾਤਮਾ ਲਈ ਹੈ ਜਿਵੇਂ ਰਮਈਆ ਹੈ ਜਿਵੇਂ ਨਾਇਕ ਹੈ ਇਹ ਸਾਰੇ ਸ਼ਬਦ ਪਰਮਾਤਮਾ ਲਈ ਵਰਤੇ ਨੇ ਇੱਥੇ ਮਾਧਵਾ ਵਰਤੇ ਮਾ ਗਈਏ ਲక్ష్ਮੀ ਤਪ ਗਈਏ ਪਤੀ ਖਸਮ ਜੋ ਸਾਰੀ ਮਾਇਆ ਦਾ ਖਸਮ ਹੈ ਮਾਲਕ ਹੈ ਸੋ ਕਈਏ ਮਾਧਵਾ ਮਰਨ ਭਈ ਮਤ ਮਾਧਵਾ ਏ ਮਾਇਆ ਪਤੀ ਪਰਮਾਤਮਾ ਮੇਰੀ ਮਤ ਮਰਨ ਹੋਈ ਮੈਲੀ ਹੋ ਗਈ ਇਹਦੇ ਉੱਤੇ ਵਿਸ਼ੇ ਵਿਕਾਰਾਂ ਦੀ ਕਾਰਖ ਲੱਗ ਗਈ ਸਾਥ ਸੰਗਤ ਜਦੋਂ ਕਿਸੇ ਦਾ ਸ਼ੀਸ਼ਾ ਮੈੜਾ ਹੋ ਜਾਏ ਉਹਦੇ ਵਿੱਚੋਂ ਆਪਣੀ ਸ਼ਕਲ ਦੇਖਣ ਦਾ ਯਤਨ ਵੀ ਕਰੇ ਤਾਂ ਵੀ ਨਹੀਂ ਨਜ਼ਰ ਆਉਂਦੀ ਸਾਰੇ ਘਰਾਂ ਵਿੱਚ ਸ਼ੀਸ਼ੇ ਹਨ ਛੋਟੇ ਹਨ ਵੱਡੇ ਹਨ ਪਰ ਜੇ ਉਹ ਸ਼ੀਸ਼ੇ ਦੇ ਉੱਤੇ ਮੈਲ ਲੱਗੀ ਹੋਵੇ ਮਿੱਟੀ ਪੈ ਇਹੋ ਵੇ ਤੁਸੀਂ ਕਿੰਨਾ ਹੀ ਯਤਨ ਕਰੋ ਤੁਹਾਨੂੰ ਆਪਣੀ ਸ਼ਕਲ ਵੀ ਨજર ਨਹੀਂ ਆਏਗੀ ਭਗਤ ਰਵਦਾਸ ਜੀ ਕਹਿੰਦੇ ਹੈ ਪ੍ਰਭੂ ਮੈਲੀ ਵੀ ਇਹ ਹਾਲਤ ਮਨਨ ਭਈ ਮਤ ਮਾਦਵਾ ਤੇਰੀ ਗਤ ਲਖੀ ਨਜਾਏ ਮੈਲੀ ਮਤ ਹੋਣ ਕਰਕੇ ਮੈਨੂੰ ਤੁਹਾਡੀ ਗਤੀ ਨੂੰ ਜਾਣਨਾ ਮੁਸ਼ਕਲ ਹੋ ਗਏ ਸਤਿਮੁੱਚ ਬਾਣੀ ਚਿਤ ਤੇ ਬਹੁਤ ਬਾਰੀ ਪਾਛਣ ਕਿ ਕਿ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆ ਖਨਲੀ ਤੋਤੀ ਉਜਲੀ ਨਾ ਹੋਵਈ ਜੇ ਸੋਤ ਹੁਣ ਪਾ ਅੱਖਰ ਜਿਸਤਾਂ ਖਨਲੀ ਕੋਲੂ ਦੇ ਪੂੰਝਣ ਵਾਸਤੇ ਇੱਕ ਲੱਤਾ ਹੁੰਦਾ ਕਪੜਾ ਹੁੰਦਾ ਉਹਨੂੰ ਲੱਤਾ ਕਹਿੰਦੇ ਨੇ ਤੇਲੀ ਦਾ ਲੱਤਾ ਜਿਹਦੇ ਨਾਲ ਅਕਸਰ ਤੇਲੀ ਕੋਲੂ ਨੂੰ ਪੂੰਝਦਾ ਤੇ ਜਿੰਨੀ ਉਸ ਦੀ ਖਲ ਜਾਂ ਸਰੋਂ ਜਾਂ ਤੇਲ ਬਾਹਰ ਨਿਕਲਦਾ ਉਹਨੂੰ ਪੂੰਝ ਪੂੰਝ ਕੇ ਵਿੱਚ ਕਰੀ ਜਾਂਦਾ ਉਸ ਕਪੜੇ ਨੂੰ ਖੰਨ ਨਹੀਂ ਕਿਹਾ ਜਾਂਦਾ ਭਗਤ ਜੀ ਕਹਿੰਦੇ ਨੇ ਸਤ ਮੁਤੇ ਇਸੇ ਤਰ੍ਹਾਂ ਸਾਡਾ ਮਨ ਵੀ ਉਸ ਖੰਡਲੀ ਵਾਂਗੂ ਮੈੜਾ ਹੋਵੇ ਔਰ ਜਨਮ ਜਨਮ ਦੀਸ ਨੂੰ ਕਾਲਖ ਲੱਗੀ ਹੋਈ ਇਸ ਮਨ ਕੋ ਜਨਮ ਜਨਮ ਕੀ ਮਨ ਲੱਗੀ ਕਾਲਾ ਆਸਿਆ ਖੰਡਲੀ ਤੋਤੀ ਉਜਲੀ ਨਾ ਹੋਵੇ ਜੇ ਸੌਤ ਹੋਣ ਪਾ ਪਰ ਇਹ ਗੱਲ ਕਦੋਂ ਸਮਝ ਆਵੇਗੀ ਜੇ ਆਪਣੇ ਮਨ ਦੇ ਅੰਦਰ ਚਾਹਤ ਮਾਰਾ ਜੇ ਅਸੀਂ ਭਗਤ ਰਵਿਦਾਸ ਜੀ ਸੇ ਇਸ ਕਥਨ ਨੂੰ ਪੜ ਕੇ ਆਪਣੇ ਉੱਤੇ ਟਿਕਾਉਣ ਦਾ ਯਤਨ ਕਰਾਂਗੇ ਫਿਰ ਸਾਨੂੰ ਸਮਝ ਆਵੇਗੀ ਕਿ ਮਲਨ ਬਈ ਮਤ ਮਾਦਵਾ ਤੇਰੀ ਗਤ ਲਖੀ ਨ ਜਾਏ ਸਾਡੇ ਕੋਲੋਂ ਤੇਰੀ ਗਤੀ ਤੇਰੀ ਅਵਸਥਾ ਨੂੰ ਜਾਣਨਾ ਬੜਾ ਮੁਸ਼ਕਲ ਹੋ ਕਾਰਨੇ ਕੇ ਸਾਡੀ ਮਾਤੀ ਮੈੜੀਓ ਇਸੇ ਲਈ ਗੁਰੂ ਅਮਰਦਾਸ ਜੀ ਨੇ ਕਿਹਾ ਮਨ ਮੈਲੇ ਸਭ ਕਿਛ ਮਹਿਲਾ ਤਨ ਤੋਤੇ ਮਨ ਹੱਛਾ ਨਾ ਹੋਏ ਆਖਿਆ ਜੀ ਮੇ ਸਰੀਰ ਦੇ ਤੋਨ ਨਾਲ ਸਰੀਰ ਸਾਫ ਹੋਵੇ ਤੇ ਮਨ ਦੀ ਮਹਿਲ ਤੇ ਤਾਂ ਹੀ ਉਤਰੇਗੀ ਜੇ ਮਨ ਦੀ ਮਹਿਲ ਤੋਂ ਮੰਗੇ ਇਸੇ ਲਈ ਭਗਤ ਰਵਦਾਸ ਜੀ ਕਹਿੰਦੇ ਹੈ ਪ੍ਰਭੂ ਮੇਰੀ ਇਹ ਮਜਬੂਰੀ ਹੈ ਮਨਨ ਭਈ ਮਤ ਮਾਦਵਾ ਤੇਰੀ ਗਤ ਲਖੀ ਨ ਜਾਏ ਕਰੋ ਕਿਰਪਾ ਬ੍ਰਹਮਚੂ ਕਹੀ ਮੈਂ ਸੁਮਤ ਦੇ ਹੁ ਸਮਝਾਏ ਮੇਰੇ ਤੇ ਕਿਰਪਾ ਕਰੋ ਮੇਰੇ ਅੰਦਰੋਂ ਇਹ ਭਰਮ ਚੂਕਈ ਦੂਰ ਹੋ ਜਾਏ ਮੈਂ ਸੁਮਤ ਦੇ ਹੁ ਸਮਝਾਏ ਮੈਨੂੰ ਸ੍ਰੇਸ਼ਟ ਮਤ ਸਮਝਾਉਣੀ ਕਰੋ ਜਿੰਦੇ ਨਾਲ ਮੈਨੂੰ ਸੰਸਾਰ ਦੀ ਅਸਲੀਅਤ ਦਾ ਪਤਾ ਲੱਗ ਜਾਏ ਇਹ ਸੰਸਾਰ ਹੈ ਕੀ ਅਸੀਂ ਸੰਸਾਰ ਵਿੱਚ ਪੂਰੀ ਤਰ੍ਹਾਂ ਖਟਤ ਹਾਂ ਅਸੀਂ ਇਹਨਾਂ ਧੀਆਂ ਪੁੱਤਰਾਂ ਪਰਿਵਾਰ ਵਿੱਚ ਪੂਰੀ ਤਰ੍ਹਾਂ ਖਟਤ ਹਾਂ ਸਾਨੂੰ ਇਹ ਭਰਮ ਹੈ ਕਿ ਸਭ ਕੁਝ ਸੱਚ ਹੈ ਜਿਵੇਂ ਮੈਂ ਕਈ ਵਾਰਤਾ ਸੁਣਾਈ ਹੈ ਕਹਿੰਦੇ ਹਨ ਕਿਸੇ ਰਾਜੇ ਨੂੰ ਇਹ ਸਵਾਲ ਉਪਜਿਆ ਕਦੋਂ ਜਦੋਂ ਆਪਣੇ ਮਹਿਲਾਂ ਵਿੱਚ ਸੌਤਾ ਹੋਇਆ ਸੀ ਤੇ ਰਾਤ ਨੂੰ ਉਹਨੇ ਸੁਪਨਾ ਦੇਖਿਆ ਕਿ ਮੈਂ ਮੰਗਤਾ ਬਣ ਗਿਆ ਕਿੱਥੇ ਰਾਜਾ ਕਿੱਥੇ ਮੰਗਤਾ ਘਰ ਘਰ ਭਿਖਿਆ ਮੰਗਣ ਲਈ ਜਾਂਦਾ ਔਰ ਭਿਖਿਆ ਮੰਗਦਾ ਇਹ ਸਭ ਸੁਪਨੇ ਅੰਦਰ ਦੇਖ ਰਿਹਾ ਲੰਬੀ ਗਾਥਾ ਨਾ ਕਰੀਏ ਕੁਦਰਤੀ ਹੋਸਤਾ ਸੁਪਨਾ ਗਿਆ ਟੁੱਟ ਤੇ ਜਾਗ ਖੁੱਲ ਗਈ ਤੇ ਜਦੋਂ ਜਾਗ ਖੁੱਲੀ ਉਹਨੇ ਕੀ ਦੇਖਿਆ ਕਿ ਉਹ ਮਹਿਲਾ ਵਿੱਚ ਪਿਆ ਪਲੰਗ ਉੱਤੇ ਉਹਦੇ ਮੂੰਹੋਂ ਨਿਕਲਿਆ ਇਹ ਸੱਚ ਕੇ ਉਹ ਸੱਚ ਜੋ ਮੈਂ ਸੁਪਨੇ ਵਿੱਚ ਦੇਖ ਰਿਹਾ ਸੀ ਉਹ ਸੱਚਾ ਸੀ ਜਾਂ ਮੈਂ ਜੋ ਜਾਗਰਤ ਮੈਂ ਦੇਖ ਰਿਹਾ ਉਹ ਸੱਚਾ ਇਹ ਸਵਾਲ ਵਿੱਚ ਰਾਜਾ ਉਲਝ ਗਿਆ बड़े-बड़े पंडित ज्ञानी विद्वान सते भाई ਤੁਸੀਂ ਵਿਦਵਾਨ ਹੋ ਮੇਰੇ ਸਵਾਲ ਦਾ ਜਵਾਬ ਦਿਓ ਮੈਨੂੰ ਇਹ ਦੱਸੋ ਇਹ ਸੱਚ ਕੇ ਉਹ ਸੱਚ ਹੋਰ ਕੋਈ ਗੱਲ ਨਹੀਂ ਦੱਸਦਾ ਪੰਡਤ ਲੋਕ ज्ञानी ਲੋਕ ਆਪਣਾ ਪੂਰਾ ਝੋੜ ਲਾਉਂਦੇ ਨੇ ਪਰ